ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ 'ਚ ਕੌਮਾਂਤਰੀ ਹਸਤੀਆਂ ਵੀ ਬੋਲਣ ਲੱਗੀਆਂ ਨੇ। ਇੰਟਰਨੈਸ਼ਨਲ ਸਿੰਗਰ ਰਿਹਾਨਾ ਦੇ ਟਵੀਟ ਤੋਂ ਬਾਅਦ ਦੁਨੀਆ ਭਰ ਤੋਂ ਪ੍ਰਭਾਵਸ਼ਾਲੀ ਲੋਕ ਸੋਸ਼ਲ ਮੀਡੀਆ 'ਤੇ ਇਸ ਬਾਰੇ ਲਿਖ ਰਹੇ ਨੇ। ਰਿਹਾਨਾ ਨੇ ਦਿੱਲੀ ਦੇ ਆਲੇ ਦੁਆਲੇ ਧਰਨੇ ਵਾਲੀਆਂ ਥਾਵਾਂ 'ਤੇ ਇੰਟਰਨੈੱਟ ਬੰਦ ਹੋਣ ਦੀ ਖ਼ਬਰ ਸ਼ੇਅਰ ਕਰਦਿਆਂ ਲਿਖਿਆ ਸੀ ਕਿ ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ। ਇਹ ਟਵੀਟ ਰਿਹਾਨਾ ਨੇ ਹੈਸ਼ਟੈਗ ਫਾਰਮਰਸ ਪ੍ਰੋਟੈਸਟ ਨਾਲ ਪੋਸਟ ਕੀਤਾ। ਦੱਸ ਦਈਏ ਕਿ ਉੱਤਰੀ ਅਮਰੀਕਾ ਦੇ ਬਾਰਬਾਡੋਸ 'ਚ ਜਨਮੀ ਰਿਹਾਨਾ ਦੁਨੀਆ ਭਰ 'ਚ ਆਪਣੀ ਗਾਇਕੀ ਕਾਰਨ ਜਾਣੀ ਜਾਂਦੀ ਹੈ। ਰਿਹਾਨਾ ਗਾਇਕੀ ਲਈ ਦਿੱਤਾ ਜਾਂਦਾ ਸਭ ਤੋਂ ਵੱਡਾ ਕੌਮਾਂਤਰੀ ਅਵਾਰਡ ਗ੍ਰੈਮੀ ਵੀ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ 2019 'ਚ ਫੋਰਬਸ ਦੀ ਰਿਲੀਜ਼ ਦੁਨੀਆ ਦੇ ਸਭ ਤੋਂ ਅਮੀਰ ਹਸਤੀਆਂ ਦੀ ਲਿਸਟ ਵਿੱਚ ਨਾਮ ਬਣਾ ਕੇ ਰਿਹਾਨਾ ਦੁਨੀਆ ਦੀ ਸਭ ਤੋਂ ਅਮੀਰ ਮਹਿਲਾ ਸੰਗੀਤਕਾਰ ਬਣੀ। ਗਾਇਕੀ ਤੋਂ ਇਲਾਵਾ ਰਿਹਾਨਾ ਕੋਸਮੈਟਿਕਸ ਅਤੇ ਕੱਪੜਿਆਂ ਦੇ ਕਾਰੋਬਾਰ 'ਚ ਵੀ ਕਾਫ਼ੀ ਸਰਗਰਮ ਹੈ। ਰਿਹਾਨਾ ਦੇ ਟਵਿੱਟਰ 'ਤੇ 101 ਮਿਲੀਅਨ ਫੋਲੋਅਰ ਨੇ। ਰਿਹਾਨਾ ਦੇ ਟਵੀਟ ਤੋਂ ਬਾਅਦ ਹੋਰ ਵੀ ਕਈ ਕੌਮਾਂਤਰੀ ਹਸਤੀਆਂ ਸੋਸ਼ਲ ਮੀਡੀਆ 'ਤੇ ਇਸ ਬਾਰੇ ਬੋਲੀਆਂ। ਯੂਕੇ ਦੀ ਇੱਕ ਸਾਂਸਦ ਕਲਾਉਡੀਆ ਨੇ ਲਿਖਿਆ, ਭਾਰਤੀ ਕਿਸਾਨਾਂ ਨਾਲ ਇੱਕਜੁੱਟਤਾ, ਧੰਨਵਾਦ ਰਿਹਾਨਾ। ਜਿੱਥੇ ਸਿਆਸੀ ਲੀਡਰਸ਼ਿਪ ਨਹੀਂ ਦਿਖ ਰਹੀ, ਦੂਜਿਆਂ ਦੇ ਅੱਗੇ ਆਉਣ ਲਈ ਧੰਨਵਾਦੀ ਹਾਂ। ਭਾਰਤੀ ਮੂਲ ਦੀ ਕੈਨੇਡੀਅਨ ਯੂਟਿਊਬਰ ਤੇ ਸ਼ੋਅ ਹੋਸਟ ਲਿਲੀ ਸਿੰਘ ਨੇ ਵੀ ਇਸ ਮਸਲੇ ਬਾਰੇ ਬੋਲਣ ਲਈ ਰਿਹਾਨਾ ਦਾ ਧੰਨਵਾਦ ਕੀਤਾ। ਦੁਨੀਆ 'ਚ ਮਸ਼ਹੂਰ ਮਾਡਲ ਮੀਆਂ ਖਲੀਫਾ ਨੇ ਵੀ ਕਿਸਾਨੀ ਅੰਦੋਲਨ ਬਾਰੇ ਟਵੀਟ ਕੀਤਾ। ਮੀਆਂ ਖਲੀਫਾ ਨੇ ਹੈਸ਼ਟੈਗ ਫਾਰਮਰਸ ਪ੍ਰੋਟੈਸਟ ਨਾਲ ਦਿੱਲੀ ਦੇ ਆਲੇ ਦੁਆਲੇ ਇੰਟਰਨੈੱਟ ਕਨੈਕਸ਼ਨ ਕੱਟੇ ਜਾਣ ਬਾਰੇ ਪੁੱਛਿਆ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਨੇ ਵੀ ਕਿਸਾਨਾਂ ਦੇ ਹੱਕ 'ਚ ਟਵੀਟ ਕਰਦਿਆਂ ਲਿਖਿਆ ਕਿ ਕੋਈ ਸੰਯੋਗ ਨਹੀਂ ਕਿ 1 ਮਹੀਨਾ ਪਹਿਲਾਂ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ 'ਤੇ ਹਮਲਾ ਹੋਇਆ ਸੀ ਅਤੇ ਹੁਣ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹਮਲੇ ਹੇਠ ਹੈ। ਮੀਨਾ ਹੈਰਿਸ ਨੇ ਲਿਖਿਆ ਕਿ ਸਾਨੂੰ ਸਭ ਨੂੰ ਭਾਰਤ ਵਿੱਚ ਇੰਟਰਨੈੱਟ ਬੰਦ ਕਰਨ ਅਤੇ ਕਿਸਾਨ ਪ੍ਰਦਰਸ਼ਨਕਾਰੀਆਂ ਖਿਲਾਫ਼ ਹਿੰਸਾ 'ਤੇ ਗੁੱਸਾ ਆਉਣਾ ਚਾਹੀਦਾ ਹੈ। ਵਾਤਾਵਰਣ ਕਾਰਕੁਨ ਗ੍ਰੇਟਾ ਥਰਨਬਰਗ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਭਾਰਤ ਵਿੱਚ ਕਿਸਾਨ ਅੰਦੋਲਨ ਦੇ ਨਾਲ ਇੱਕਜੁੱਟਤਾ ਦਿਖਾਉਣ ਲਈ ਖੜੇ ਹਾਂ। ਦੁਨੀਆ ਭਰ 'ਚ ਜਾਣੀ ਜਾਂਦੀ ਮਨੀਪੁਰ ਦੀ 9 ਸਾਲਾ ਵਾਤਾਵਰਣ ਕਾਰਕੁਨ ਲਿਸੀ ਪ੍ਰੀਆ ਕੰਗੂੰਜਮ ਨੇ ਭਾਰਤੀ ਸਿਤਾਰਿਆਂ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਸਭ ਨੂੰ ਕਿਸਾਨਾਂ ਦੇ ਹੱਕ 'ਚ ਬੋਲਣ ਦੀ ਅਪੀਲ ਕਰਦਿਆਂ ਟਵੀਟ ਕੀਤਾ। ਲਿਸੀ ਪ੍ਰੀਆ ਦੇ ਟਵੀਟ ਤੋਂ ਬਾਅਦ ਬਹੁਤ ਸਾਰੇ ਕੌਮਾਂਤਰੀ ਵਾਤਾਵਰਣ ਕਾਰਕੁਨ ਸੋਸ਼ਲ ਮੀਡੀਆ 'ਤੇ ਬੋਲਣ ਲੱਗੇ ਨੇ। ਇਨ੍ਹਾਂ 'ਚੋਂ ਇੱਕ ਯੁਗਾਂਡਾ ਦੀ ਵੈਨੇਸਾ ਨਕਾਤੇ ਵੱਲੋਂ ਕੀਤੇ ਗਏ ਬਹੁਤ ਸਾਰੇ ਟਵੀਟਸ ਵਿੱਚੋਂ ਇੱਕ 'ਚ ਲਿਖਿਆ ਸੀ, ਕਿਸਾਨ ਦੁਨੀਆ ਦਾ ਢਿੱਡ ਭਰਦੇ ਨੇ, ਉਹਨਾਂ ਲਈ ਲੜੋ, ਉਹਨਾਂ ਦੀ ਰੱਖਿਆ ਕਰੋ। ਅਮਰੀਕਾ ਦੀ ਵਾਤਾਵਰਣ ਕਾਰਕੁਨ ਜੇਮੀ ਮਾਰਗੋਲਿਨ ਨੇ ਵੀ ਕਿਸਾਨ ਅੰਦੋਲਨ ਦੇ ਹੱਕ 'ਚ ਟਵੀਟ ਕੀਤਾ। ਬੇਸ਼ੱਕ ਬਹੁਤ ਸਾਰੀਆਂ ਕੌਮਾਂਤਰੀ ਹਸਤੀਆਂ ਭਾਰਤ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਬਾਰੇ ਬੋਲਣ ਲੱਗੀਆਂ ਨੇ, ਪਰ ਇਸੇ ਵਿਚਕਾਰ ਕੁਝ ਲੋਕ ਇਸ ਨੂੰ ਭਾਰਤ ਦਾ ਅੰਦਰੂਨੀ ਮਸਲਾ ਦੱਸਦਿਆਂ ਇਸ ਦਾ ਵਿਰੋਧ ਵੀ ਕਰ ਰਹੇ ਨੇ। ਮਸਲਨ ਅਦਾਕਾਰ ਕੰਗਨਾ ਰਣੌਤ ਨੇ ਰਿਹਾਨਾ ਦੇ ਟਵੀਟ 'ਤੇ ਜਵਾਬ ਦਿੰਦਿਆਂ ਲਿਖਿਆ ਕਿ ਕੋਈ ਇਸ ਬਾਰੇ ਗੱਲ ਨਹੀਂ ਕਰ ਰਿਹਾ ਕਿਉਂਕਿ ਉਹ ਕਿਸਾਨ ਨਹੀਂ ਬਲਕਿ ਅੱਤਵਾਦੀ ਨੇ ਜੋ ਕਿ ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਚੀਨ ਟੁੱਟੋ ਹੋਏ ਕਮਜ਼ੋਰ ਦੇਸ਼ 'ਤੇ ਕਬਜ਼ਾ ਕਰ ਸਕੇ ਅਤੇ ਚੀਨੀ ਕਲੋਨੀਆਂ ਬਣਾ ਸਕੇ ਜਿਸ ਤਰ੍ਹਾਂ USA 'ਚ ਬਣਾਈਆਂ। ਕੰਗਨਾ ਨੇ ਰਿਹਾਨਾ ਨੂੰ ਮੂਰਖ ਲਿਖਦਿਆਂ ਕਿਹਾ ਕਿ ਅਸੀਂ ਤੁਹਾਡੀ ਤਰ੍ਹਾਂ ਆਪਣਾ ਦੇਸ਼ ਵੇਚ ਨਹੀਂ ਰਹੇ। ਕਿਸਾਨ ਅੰਦੋਲਨ ਦੇ ਹੱਕ 'ਚ ਬੋਲਣ ਵਾਲੀ ਗ੍ਰੇਟਾ ਥਨਬਰਗ ਖਿਲਾਫ਼ ਵੀ ਕੰਗਨਾ ਰਣੌਤ ਨੇ ਟਵੀਟ ਕੀਤਾ। ਹਾਲਾਂਕਿ ਕੌਮਾਂਤਰੀ ਮੀਡੀਆ 'ਚ ਕਿਸਾਨ ਅੰਦੋਲਨ ਬਾਰੇ ਕਾਫ਼ੀ ਪਹਿਲਾਂ ਤੋਂ ਗੱਲ ਹੋਣ ਲੱਗੀ ਸੀ, ਪਰ ਹੁਣ ਇਨ੍ਹਾਂ ਹਸਤੀਆਂ ਦੇ ਸੋਸ਼ਲ ਮੀਡੀਆ ਹੈਂਡਲਸ ਤੋਂ ਆਈਆਂ ਪੋਸਟਾਂ ਨੇ ਅੰਦੋਲਨ ਨੂੰ ਹੋਰ ਫੈਲਾ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤ ਦੀ ਸੰਸਦ ਨੇ ਕਿਸਾਨੀ ਦੀ ਬਿਹਤਰੀ ਲਈ ਕਾਨੂੰਨ ਲਿਆਂਦੇ, ਪਰ ਕੁਝ ਕਿਸਾਨ ਇਸ ਦਾ ਵਿਰੋਧ ਕਰ ਰਹੇ ਨੇ। ਕੁਝ ਲੋਕ ਆਪਣੇ ਏਜੰਡੇ ਲਈ ਇਸ ਅੰਦੋਲਨ ਨੂੰ ਡੀਰੇਲ ਕਰ ਰਹੇ ਨੇ ਅਤੇ ਕੌਮਾਂਤਰੀ ਸਹਿਯੋਗ ਜੁਟਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਮੰਤਰਾਲੇ ਨੇ ਕਿਹਾ ਕਿ ਇਸ ਮਸਲੇ 'ਤੇ ਟਿੱਪਣੀ ਕਰਨ ਦੀ ਜਲਦਬਾਜ਼ੀ ਤੋਂ ਪਹਿਲਾਂ ਤੱਥ ਜਾਂਚ ਲਏ ਜਾਣ ਅਤੇ ਮਸਲੇ ਨੂੰ ਪੂਰੀ ਤਰ੍ਹਾਂ ਸਮਝ ਲਿਆ ਜਾਏ। ਸਨਸਨੀਖੇਜ਼ ਸੋਸ਼ਲ ਮੀਡੀਆ ਹੈਸ਼ਟੈਗਸ ਤੇ ਕਮੈਂਟਸ ਦਾ ਪਰਤਾਵਾ, ਖਾਸ ਕਰਕੇ ਸਿਤਾਰਿਆਂ ਵੱਲੋਂ ਲਿਆ ਜਾਣਾ, ਨਾ ਤਾਂ ਸਹੀ ਅਤੇ ਨਾ ਹੀ ਜ਼ਿੰਮੇਵਾਰੀ ਵਾਲਾ ਹੈ।